ਜੀ ਸਤਿ ਸ਼੍ਰੀ ਅਕਾਲ ਪਸ਼ੂ ਪਾਲਕ ਵੀਰੋ, ਅੱਜ ਦੀ ਜੋ ਵੀਡੀਓ ਆਪਾਂ ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਬਣਾ ਰਹੇ ਹਾਂ ਜੀ, ਅਤੇ ਜਿੱਥੇ ਕਿ ਬਾਈ ਜੀ ਹੋਰਾਂ ਨੇ ਰਾਠੀ ਨਸਲ ਦੀ ਗਾਂ ਵੇਚਣੀ ਸੀ। ਇਸ ਗਾਂ ਨੇ ਪਹਿਲੇ ਸੂਏ ਸੁਣਾ ਜੀ, ਅਤੇ ਅੱਗੇ ਗਾਂ ਦੀ ਡਿਟੇਲ ਅਤੇ ਆਪਾਂ ਫਾਰਮ ਦਾ ਐਡਰੈਸ ਬਾਈ ਜੀ ਹੋਰਾਂ ਨੂੰ ਪੁੱਛਦੇ ਹਾਂ ਜੀ। ਬਾਈ ਜੀ ਸਤਿ ਸ਼੍ਰੀ ਅਕਾਲ ਜੀ, ਅਤੇ ਬਾਈ ਜੀ ਆਪਦਾ ਨਾਂ ਦੱਸਿਆ ਜੀ ਸਭ ਤੋਂ ਪਹਿਲਾਂ ਜੀ। ਬਲਜਿੰਦਰ ਸਿੰਘ ਨਾਮ ਵੀਰੇ। ਹਾਂਜੀ, ਅਤੇ ਮੁਕਤਸਰ ਸਾਹਿਬ ਦੇ ਰਹਿਣ ਵਾਲੇ ਜੀ, ਜਗਜੀਤ ਸਿੰਘ ਨਗਰ ਗਲੀ ਨੰਬਰ 2। ਠੀਕ ਹੈ ਜੀ, ਅਤੇ ਬੱਸ ਸਟੈਂਡ ਤੋਂ ਕਿੰਨੀ ਕੁ ਦੂਰੀ 'ਤੇ ਪੈ ਜਾਂਦਾ ਜੀ? ਬੱਸ ਸਟੈਂਡ ਤੋਂ 1 ਕਿਲੋਮੀਟਰ ਦੂਰ ਹੈ। 1 ਕਿਲੋਮੀਟਰ ਦੂਰ ਹੈ, ਠੀਕ ਹੈ, ਮਤਲਬ ਕਿ ਲੋਕਲ ਤੁਸੀਂ ਮੁਕਤਸਰ ਦੇ ਵਿੱਚ ਹੀ ਆ ਜਾਂਦੇ ਹੋ ਜੀ? ਲੋਕਲ ਮੁਕਤਸਰ ਦੇ ਵਿੱਚ ਹੀ ਆਏ। ਠੀਕ ਹੈ ਜੀ, ਅਤੇ ਇਹ ਗਾਂ ਜੋ ਤੁਸੀਂ ਵੇਚਣੀ ਹੈ ਜੀ ਗਾਂ ਇਹ? ਹਾਂਜੀ ਵੀਰੇ, ਗਾਂ ਵੇਚਣੀ। ਠੀਕ ਹੈ ਜੀ, ਕੀ ਕੁਝ ਡਿਟੇਲ ਗਾਂ ਦੀ ਜੀ ਦੱਸਿਆ ਸਾਨੂੰ? ਵੀਰੇ ਨੇ ਪਹਿਲਾਂ ਸੂਆ ਸੁਣਾ ਹੈਗਾ, ਘਰ ਦੀ ਜੰਪਲ ਵੱਛੀ ਹੈ, ਮਤਲਬ ਕਿ ਤੁਹਾਡੇ ਘਰ ਦੀ ਗਾਂ ਹੈਗੀ ਜੀ? ਹਾਂਜੀ ਵੀਰੇ। ਠੀਕ ਹੈ ਜੀ, ਠੀਕ ਹੈ, ਅਤੇ ਕੀ? ਓਕੇ ਜੀ, ਅਤੇ ਮਤਲਬ ਕਿ ਮਾਂ ਦੇ ਤਾਂ ਦੁੱਧ ਰਿਕਾਰਡ ਤੁਹਾਨੂੰ ਪਤਾ ਕੁਛ ਜੀ? ਮਾਂ ਦਾ 15 ਲੀਟਰ ਸੀਗਾ ਜੀ। 15 ਲੀਟਰ ਸੀਗਾ ਜੀ, ਠੀਕ ਹੈ ਜੀ, ਅਤੇ ਕਿਨਵੇਂ ਸੂਏ ਸੁਣਿਆ ਇਸ ਗਾਣੇ ਜੀ? ਪਹਿਲੇ ਸੂਏ ਸੁਣਾ, ਪਹਿਲੇ ਸੂਏ ਇਸ ਗਾਣੇ ਸੁਣਾਂਗਾ ਜੀ। ਠੀਕ ਹੈ ਜੀ, ਮਤਲਬ ਕਿ ਇਹ ਰਾਠੀ ਨਸਲ ਦੇ ਵਿੱਚ ਹੀ ਆ ਗਈ ਨਾ ਬਾਈ ਜੀ? ਰਾਠੀ 'ਚ ਆਈ ਨਹੀਂ। ਠੀਕ ਹੈ ਜੀ, ਠੀਕ ਹੈ ਜੀ, ਠੀਕ ਹੈ, ਅਤੇ ਇਸ ਦੀ ਉਮਰ ਵਗੈਰਾ ਤੁਹਾਨੂੰ ਪਤਾ ਕੁਛ ਜੀ? 3 ਸਾਲ ਉਮਰ ਹੈਗੀ ਹੈ। ਠੀਕ ਹੈ ਜੀ, ਅਤੇ ਮਤਲਬ ਕਿ ਕਿੰਨਾ ਟਾਈਮ ਰਹਿੰਦਾ ਹਜੇ ਇਸਦਾ ਸੂਣ ਦਾ ਜੀ? ਇਹਦੇ 20 ਦਿਨ ਰਹਿੰਦੇ ਸੀ। ਇਸ ਦੇ ਸੂਣ ਦੇ ਵਿੱਚ ਪੂਰੇ ਹਜੇ 20 ਦਿਨ ਬਾਕੀ ਹੈ ਜੀ। ਠੀਕ ਹੈ, ਗਾਂ ਨੂੰ ਬਾਈ ਜੀ ਤੋਰਿਆ, ਖੋਲੋਗੇ ਤੁਸੀਂ ਥੋੜ੍ਹਾ ਜਿਹਾ? ਤੋੜ ਲਓ ਜੀ, ਤੁਹਾਨੂੰ ਮਾਫੀ ਜੀ। ਮੋੜ ਲਿਆਓ ਬਸ ਜੀ। ਠੀਕ ਹੈ ਬਾਈ ਜੀ, ਮਤਲਬ ਕਿ ਗਾਣੇ ਹਜੇ ਸੂਣ ਦੇ ਵਿੱਚ 20-25 ਦਿਨ ਬਾਕੀ ਹੈਗੇ ਜੀ। ਹਾਂ, 20-25 ਦਿਨ ਲੈ ਵੀ ਜਾਊ, ਕਿਉਂਕਿ ਹਜੇ ਗਾਂ ਦਾ ਜੋ ਤਨ ਲੇਵਾ ਸਾਰਾ ਅਜੇ ਇਹ ਵਲ ਵਲੇਵੇਂ ਜੋ ਹੈਗੇ ਕੱਢੂਗੀ ਬਾਕੀ ਹਜੇ। ਬਿਲਕੁਲ ਠੰਡੀ ਸ਼ਾਂਤ ਗਾਂ ਵੀਰੇ। ਠੀਕ ਹੈ ਜੀ, ਠੀਕ ਹੈ ਜੀ, ਠੀਕ ਹੈ, ਅਤੇ ਕੀ ਕੁਛ ਬਾਈ ਜੀ ਆਪਾਂ ਇਹਦਾ ਪ੍ਰਾਈਜ਼ ਮੁੱਲ ਕਰਦੇ ਹਾਂ ਜੀ? 40,000 ਰੁਪਏ। 40,000 ਰੁਪਏ ਤੁਸੀਂ ਮੁੱਲ ਕਰਦੇ ਹੋ ਜੀ, ਇਸ ਦੇ ਵਿੱਚ ਕੋਈ ਮਾਨਤਾਨ ਥੋੜਾ ਕਣਾ ਹੋ ਜੂਗਾ ਜੀ? ਮੌਕੇ ਤੇ ਮਾਨਤਾਨ ਹੋ ਜੂ। ਠੀਕ ਹੈ ਜੀ, ਬਾਈ ਜੀ ਆਪਦਾ ਕੰਟਰੈਕਟ ਨੰਬਰ ਦੱਸਿਆ ਜੀ? 95018 ਜੀ। ਹਾਂਜੀ, 3869। ਦੁਬਾਰੇ ਫਿਰ ਬੋਲਦੇ ਜੀ? 95018 88369। ਠੀਕ ਹੈ ਜੀ, 95018 88369 ਜੀ। ਠੀਕ ਹੈ ਬਾਈ ਜੀ, ਓਕੇ, ਸਤਿ ਸ਼੍ਰੀ ਅਕਾਲ ਜੀ।